ਇੱਕ ਨਾ ਜੀ ਮੈਨੂੰ ਪਰਸੋਂ ਚੌਥੇ ਇੱਕ ਬੰਦਾ ਮਿਲਿਆ ਉਹ ਲਿਖਦਾ ਹੈ ਲਿਖਾਰੀ ਹੈ ਗੀਤ ਲਿਖਦਾ ਹੈ ਗੀਤ ਲਿਖ ਕੇ ਗਾਇਕਾਂ ਨੂੰ ਦਿੰਦਾ ਗਾਇਕ ਉਹਦਾ ਗੀਤ ਗਾਉਂਦੇ ਨੇ ਉਹ ਮੈਨੂੰ ਮਿਲ ਪਿਆ ਉਹ ਵੈਸੇ ਹੀ ਬੈਠਾ ਬੈਠਾ ਗੱਲ ਕਰਦਾ ਹੈ ਮੈਨੂੰ ਮਿਲਿਆ ਕੌਣ ਜੀ ਲਿਖਾਰੀ ਉਹ ਮੈਨੂੰ ਕਹਿੰਦਾ ਜੀ ਮੈਂ ਮਾੜੇ ਮੋਟੇ ਗੀਤ ਲਿਖ ਕੇ ਦੇ ਦਿੰਦਾ ਮਾੜਾ ਕੁਛ ਨਹੀਂ ਕਰਦੇ ਉਦਾਂ ਆਪਾਂ ਠੀਕ ਹਾਂ ਸਭ ਕੁਛ ਠੀਕ ਉਦੋਂ ਬਾਅਦ ਉਹਨੇ ਗਾਉਣ ਵਾਲੇ ਦੀ ਬੜੀ ਸਿਫਤ ਕੀਤੀ ਮੇਰੇ ਕੋਲ ਮੈਂ ਲਿਖਦਾ ਫਲਾਣਾ ਗਾਉਂਦਾ ਹੈ ਬਾਬਾ ਜੀ ਤੁਹਾਨੂੰ ਵਹਿਮ ਹੈ ਮੈਂ ਕਿਹਾ ਕਿਉਂ ਕਹਿੰਦੇ ਚੰਗੇ ਕੰਮ ਵੀ ਬਹੁਤ ਕਰਦੇ ਆ ਜੀ ਅਸੀਂ ਮੈਂ ਕਿਹਾ ਕੀ ਦੱਸੋ ਉਹ ਕਹਿੰਦਾ ਜੀ ਉੱਥੇ ਦੇਖੋ ਕਿਸੇ ਗਰੀਬ ਦੀ ਹੈਲਪ ਕਰਨੀ ਹੋਵੇ ਕਿਸੇ ਦੀ ਮਦਦ ਕਰਨੀ ਹੋਵੇ ਲੰਗਰ ਲਾਇਆ ਫਲਾਣੇ ਥਾਂ ਤੇ ਅਸੀਂ ਲੰਗਰ ਲਾਇਆ ਫਲਾਣੇ ਥਾਂ ਤੇ ਅਸੀਂ ਇਦਾਂ ਕੀਤਾ ਦੱਸ ਰਹੇ ਮੈਂ ਕਿਹਾ ਜੀ ਲੰਗਰ ਲਾਣਾ ਚੰਗੀ ਗੱਲ ਹੈ ਦੋ ਚਾਰ ਦਸ ਨੂੰ ਤੁਸੀਂ ਪ੍ਰਸ਼ਾਦਾ ਛਕਾਇਆ ਤੁਸੀਂ ਹਜ਼ਾਰ ਨੂੰ ਪ੍ਰਸ਼ਾਦਾ ਛਕਾਇਆ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਨੂੰ ਚੰਗੀ ਸੋਚ ਦਿਓ ਚੰਗੇ ਵਿਚਾਰ ਦਿਓ ਸਾਡੇ ਗੁਰੂ ਜੀ ਨੇ ਚੰਗੇ ਵਿਚਾਰ ਦਿੱਤੇ ਤੇ ਤੂੰ ਵਿਚਾਰ ਮਾੜੇ ਭਰਦਾ ਵਿਚਾਰ ਜਦੋਂ ਮਾੜੇ ਭਰਦੇ ਹੁਣ ਵੇਖੋ ਨਾ ਜੀ ਸਾਨੂੰ ਕਿਸੇ ਨੇ ਆਖਿਆ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਅਸੀਂ ਨਸ਼ੇ ਛੱਡੀਏ ਇਹ ਕੀ ਵਿਚਾਰ ਹੈ ਤੇ ਇੱਕ ਵਿਚਾਰ ਕੀ ਹੈ ਵੀ ਨਸ਼ਾ ਪੀ ਕੇ ਲੋਰ ਆ ਗਿਆ ਨਸ਼ਾ ਪੀ ਕੇ ਐ ਹੋ ਗਿਆ ਬੋਤਲ ਹੱਥ ਵਿੱਚ ਫੜ ਕੇ ਉਹਦੇ ਗੁਣ ਗਾਏ ਜਾ ਰਹੇ ਨੇ ਸ਼ਰਾਬ ਦੀ ਸਿਫਤ ਹੋ ਰਹੀ ਹੈ ਸ਼ਰਾਬਾਂ ਦੇ ਗੁਣ ਗਾਏ ਜਾ ਰਹੇ ਨੇ ਨਸ਼ੇ ਦੀ ਸਿਫਤ ਹੋ ਰਹੀ ਹੈ ਉਹ ਇੱਕ ਵਿਚਾਰ ਇਦਾਂ ਦੇ ਦੇਤੇ ਕਿ ਲੋਕੀ ਉਦਾਂ ਦੇ ਬਣ ਗਏ ਹੁਣ ਵੇਖੋ ਮੈਨੂੰ ਚੇਤਾ ਹੈ 32 ਸਾਲ ਦੀ ਮੇਰੀ ਉਮਰ ਹੋ ਗਈ ਜਦੋਂ ਨਿੱਕੇ ਨਿੱਕੇ ਪੜ੍ਹਦੇ ਸੀ ਨਾ ਸਾਡੇ ਪਿੰਡ 'ਚ ਮੈਂ ਦੂਜੀ ਤੀਜੀ ਕਲਾਸ ਵਿੱਚ ਪੜ੍ਹਦਾ ਹੋਵਾਂਗਾ ਪੰਜਵੀਂ ਤੱਕ ਪੰਜਵੀਂ ਚ ਲਾ ਲਓ ਪੰਜਵੀਂ ਕਲਾਸ ਵਿੱਚ ਮੇਰੇ ਨਾਲ ਦੇ ਬੱਚੇ ਪੱਗਾਂ ਬੰਨ ਕੇ ਆਉਂਦੇ ਸੀ ਦਸਤਾਰ ਬੰਨ ਕੇ ਸਕੂਲ ਜਾਂਦੇ ਸੀ ਤੁਸੀਂ ਅੱਜ ਤੋਂ 90 ਵੇਲੇ ਦੀਆਂ ਪੁਰਾਣੀਆਂ ਕੈਸਟਾਂ ਵੇਖੋ ਦੀਵਾਨਾਂ ਦੀਆਂ ਵੇਖ ਲਓ ਕੋਈ ਪੁਰਾਣਾ ਵਿਆਹ ਵੇਖਿਓ 90 ਤੱਕ ਦੀ ਕਿਸੇ ਦੀ ਵੀਡੀਓ ਬਣੀ ਹੋਵੇ ਤੁਸੀਂ ਹੈਰਾਨ ਹੋ ਜਾਓਗੇ 90 ਦੇ ਜਿਹਦਾ ਵੀ ਵਿਆਹ ਵੇਖੋਗੇ ਤੁਹਾਨੂੰ ਨਿੱਕੇ ਨਿੱਕੇ ਬੱਚੇ ਵੱਡੇ ਸਾਰੇ ਪੱਗਾਂ ਵਾਲੇ ਮਿਲਣਗੇ 90 ਦਾ ਵਿਆਹ ਖੁੱਲਾ ਕੇ ਵੇਖਿਓ ਜਾ ਕੇ VCR ਤੁਹਾਨੂੰ 100 ਬੰਦੇ ਚੋਂ 2-4 ਹੋਣਗੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨਾ ਹੋਣ ਕਿਉਂ ਉਦੋਂ ਵਿਚਾਰ ਹੀ ਇਦਾਂ ਦੇ ਸੀ ਉਦੋਂ ਮਾਹੌਲ ਹੀ ਇਦਾਂ ਦਾ ਸੀ ਇਹ ਵਿਚਾਰ ਭਰਤੇ ਸਾਡੇ ਦਿਮਾਗ 'ਚ ਪਹਿਲਾਂ ਸਾਡੇ ਦਿਮਾਗ 'ਚ ਆਉਣਾ ਹੈ ਫਿਰ ਅਸੀਂ ਪੱਗ ਲਾਉਣੀ ਹੈ ਪਹਿਲਾਂ ਸਾਡੇ ਦਿਮਾਗ 'ਚ ਸ਼ਰਾਬ ਦੇ ਗੁਣ ਆਉਣਗੇ ਵੀ ਸ਼ਰਾਬ ਐਂ ਕਰ ਤੂੰ ਸ਼ਰਾਬ ਨਾਲ ਬੰਦਾ ਫਿਰ ਆਪਾਂ ਪੀਣੀ ਹੈ ਉਹਨਾਂ ਵੇਲਿਆਂ ਦੇ ਵਿੱਚ ਤੁਸੀਂ ਵੇਖਿਓ ਜਿਹੜਾ ਮਨੋਰੰਜਨ ਹੁੰਦਾ ਸੀ ਜਿਹੜੇ ਉਹਨਾਂ ਵੇਲਿਆਂ ਦੇ ਵਿੱਚ ਉਹ ਕਲਚਰ ਹੀ ਹੋਰ ਸੀ ਉਹ ਸੱਭਿਆਚਾਰ ਹੋਰ ਸੀ ਉਸ ਵੇਲੇ ਦੀਆਂ ਗੱਲਾਂ ਹੋਰ ਸਨ ਹੁਣ ਜਿੱਦਾਂ ਦੇ ਵਿਚਾਰ ਸਾਡੇ ਦਿਮਾਗ ਵਿੱਚ ਭਰੇ ਜਾ ਰਹੇ ਆ ਅਸੀਂ ਸਮਾਜ ਸਾਡਾ ਉਦਾਂ ਦਾ ਬਣ ਰਿਹਾ ਜੇ ਅੱਜ ਵਿਚਾਰ ਮੇਰੇ ਬਦਲ ਦਿੱਤੇ ਜਾਣ ਤੇ ਮੈਂ ਖਰਾਬ ਹੋ ਗਿਆ ਬਰਬਾਦ ਹੋ ਗਿਆ ਮੈਂ ਗਲਤ ਹੋ ਗਿਆ ਮੇਰੇ ਵਿਚਾਰ ਗਲਤ ਨੇ ਤੇ ਮੈਂ ਗਲਤ ਹੋ ਜਾਣਾ ਹੈ ਜੇ ਮੇਰੇ ਵਿਚਾਰ ਸੋਹਣੇ ਨੇ ਤੇ ਮੈਂ ਸੋਹਣਾ ਹੋ ਜਾਣਾ ਹੈ ਜਦੋਂ ਸਾਧ ਸੰਗਤ ਵਿੱਚ ਆਪਾਂ ਆਉਂਦੇ ਆ ਇੱਥੇ ਸਾਨੂੰ ਗੁਰੂ ਜੀ ਦੇ ਸੋਹਣੇ ਸੋਹਣੇ ਵਿਚਾਰ ਮਿਲਦੇ ਨੇ ਜਦੋਂ ਸੰਗਤ ਵਿੱਚ ਆ ਕੇ ਸਹੀ ਸੁੰਦਰ ਸੋਹਣੇ ਸਾਧ ਸੰਗ ਜੈਨ ਬਹਿਣੇ ਉਹ ਸੋਹਣੇ ਸੋਹਣੇ ਬਣ ਗਏ ਜਦੋਂ ਸੰਗਤ ਵਿੱਚ ਆ ਕੇ ਸੋਹਣੇ ਵਿਚਾਰ ਸੁਣੇ ਤੇ ਆਪਾਂ ਸੋਹਣੇ ਹੋ ਗਏ ਰੰਗ ਦੀ ਗੱਲ ਨਹੀਂ ਰੰਗ ਸੋਹਣਾ ਹੈ ਰੰਗ ਛੱਡ ਦੇ ਤੇਰੀ ਲੱਤ ਨਹੀਂ ਕੰਮ ਕਰਦੀ ਤੇਰੀ ਬਾਹ ਨਹੀਂ ਕੰਮ ਕਰਦੀ ਤੇਰੀ ਅੱਖਾਂ ਤੋਂ ਅੰਨਾ ਹੈ ਭਾਵੇਂ ਪਰ ਜੇ ਵਿਚਾਰ ਸੋਹਣੇ ਨੇ ਤੇ ਬੰਦਾ ਸੋਹਣਾ ਹੈ ਜੇ ਵਿਚਾਰ ਮਾੜੇ ਨੇ ਤੇ ਬੰਦਾ ਮਾੜਾ ਹੈ ਤੇ ਗੁਰੂ ਜੀ ਨੇ ਵਿਚਾਰ ਬੜੇ ਚੰਗੇ ਦਿੱਤੇ ਤੇ ਮਾੜੇ ਮਾੜੇ ਗੀਤ ਲਿਖਣ ਵਾਲਿਆਂ ਨੇ ਲਿਖੇ ਤੇ ਗਾਉਣ ਵਾਲਿਆਂ ਨੇ ਗਾਏ ਇਹਨਾਂ ਨੇ ਵਿਚਾਰ ਬੜੇ ਭੈੜੇ ਦਿੱਤੇ ਫਿਰ ਇਹ ਸ਼ਰੀਕ ਕਿਹਦੇ ਹੋਏ ਦੱਸੋ ਬੋਲੋ ਬਈ ਸ਼ਰੀਕ ਕਿਹਦੇ ਹੋਏ
ਆਪਣੇ ਗੁਰੂ ਸਾਹਿਬ ਦੇ ਆਪਣੇ ਗੁਰੂ ਜੀ ਕਹਿੰਦੇ ਨੇ ਸੋਹਣੇ ਵਿਚਾਰ ਦਿਓ ਇਹਨਾਂ ਨੂੰ ਭਾਈ ਦੁਨੀਆ ਨੂੰ ਆਪਣੇ ਬੱਚਿਆਂ ਨੂੰ ਆਪਣੀ ਜਨਰੇਸ਼ਨ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਾਂ ਸੋਹਣੇ ਸੋਹਣੇ ਵਿਚਾਰ ਦਿਓ ਸ਼ਬਦ ਹੈ ਨਾ ਸਾਰਾ ਵਿਚਾਰ ਹੀ ਨੇ ਗੁਰੂ ਨਾਨਕ ਜੀ ਨੇ ਸੋਹਣੇ ਵਿਚਾਰ ਦਿੱਤੇ ਜ਼ਿੰਦਗੀ ਦੇ ਹਰੇਕ ਟੌਪਿਕ ਤੇ ਗੁਰੂ ਸਾਹਿਬ ਨੇ ਗੱਲ ਕੀਤੀ ਹਰ ਕਨਸੈਪਟ ਨੂੰ ਖੋਲਿਆ ਹਰ ਤਰ੍ਹਾਂ ਦੀ ਗੱਲ ਕੀਤੀ ਸਮੇਂ ਦੇ ਰਾਜਿਆਂ ਨਾਲ ਗੱਲ ਕੀਤੀ ਉਹਨਾਂ ਵੇਲੇਆਂ ਦੇ ਪਖੰਡੀਆਂ ਨਾਲ ਗੱਲ ਕੀਤੀ ਹਰ ਇੱਕ ਨਾਲ ਗੁਰੂ ਜੀ ਨੇ ਉਸ ਵੇਲੇ ਗੱਲ ਕੀਤੀ ਸ਼ਬਦ ਦਿੱਤੇ ਵਿਚਾਰ ਦਿੱਤੇ ਹੁਣ ਸੋਹਣੇ ਵਿਚਾਰ ਦਿੱਤੇ ਇੱਥੇ ਭੈੜੇ ਵਿਚਾਰ ਦਿੱਤੇ ਸ਼ਰੀਕਾ ਹੋ ਗਿਆ ਹੁਣ ਜਿਹੜੇ ਵਿਚਾਰ ਸੋਹਣੇ ਲਿਖੇ ਜਾਂਦੇ ਨੋਟ ਕਰੋ ਜੀ ਜਿਹੜੇ ਵਿਚਾਰ ਸੋਹਣੇ ਲਿਖੇ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਬੋਲ ਕੇ ਪੰਕਤੀ ਪੜਿਓ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਸਾਰਾ ਕੁਝ ਧੰਨ ਹੈ ਜਿਹੜਾ ਬੰਦਾ ਸੋਹਣਾ ਲਿਖ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਕਲਮ ਲਿਖ ਗਈ ਗੁਰੂ ਨਾਨਕ ਸਾਹਿਬ ਜੀ ਦੀ ਕਲਮ ਲਿਖ ਗਈ ਭਾਈ ਗੁਰਦਾਸ ਜੀ ਦੀ ਕਲਮ ਲਿਖ ਗਈ ਉਸ ਹੱਥ ਨੂੰ ਉਸ ਕਲਮ ਨੂੰ ਉਸ ਭਾਂਡੇ ਨੂੰ ਉਸ ਦਵਾਤ ਨੂੰ ਉਸ ਕਾਗਜ਼ ਨੂੰ ਉਸ ਲਿਖਣ ਵਾਲੇ ਲਿਖਾਰੀ ਨੂੰ ਗੁਰੂ ਸਾਹਿਬ ਨੇ ਧੰਨ ਆਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਆਖਿਆ ਸੁਣੋ ਜੀ ਕੀ ਕਿਹਾ ਜੀ ਪੜੋ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਇਹ ਗੁਰੂ ਨਾਨਕ ਜੀ ਦਾ ਸ਼ਬਦ ਹੈ ਜੀ ਇਹ ਗੁਰੂ ਨਾਨਕ ਜੀ ਬੋਲਦੇ ਨੇ ਨੋਟ ਕਰਿਓ ਮੇਰੇ ਵੀਰ ਇਹ ਨਾ ਆਖਿਓ ਵੀ ਇਹ ਬਾਬਾ ਕਹਿ ਗਿਆ ਜੀ ਕੋਈ ਕੋਈ ਪ੍ਰਚਾਰਕ ਕਹਿ ਗਿਆ ਜੀ ਕੋਈ ਬਾਬੇ ਆ ਗਏ ਜੀ ਨਾ ਇਹ ਗੁਰੂ ਨਾਨਕ ਜੀ ਆਪਣੇ ਬੋਲੋ ਕੌਣ ਕਹਿੰਦੇ ਨੇ ਜੀ ਆਪਣੇ ਬੋਲਦੇ ਨੇ ਆਪਣੇ ਗੁਰੂ ਨਾਨਕ ਜੀ ਕਹਿੰਦੇ ਆ ਇਹ ਧੰਨ ਕਹਿ ਰਹੇ ਨੇ ਜੀ ਉਹਨਾਂ ਨੂੰ ਧੰਨ ਨੇ ਬਈ ਜਿਹੜੇ ਸੋਹਣੇ ਵਿਚਾਰ ਦੇਣ ਦੁਨੀਆ ਨੂੰ ਤੇਰੇ ਤਨ ਨਾਲ ਗੱਲ ਨਾ ਕਰਨ ਤੇਰੇ ਮਾਈਂਡ ਨਾਲ ਗੱਲ ਕਰਨ ਤੇਰੇ ਬ੍ਰੇਨ ਵਿੱਚ ਪਾਣ ਤੇਰੇ ਸਰੀਰ ਤੇ ਨਹੀਂ ਵੀ ਜੀਨ ਪਾ ਤੂੰ ਕੁੜਤਾ ਐ ਪਾ ਤੂੰ ਪੱਗ ਐ ਦੀ ਬੰਨ ਲੈ ਤੇਰੀ ਬੈਲਟ ਇਦਾਂ ਦੀ ਹੋਵੇ ਤੇਰੇ ਜੁੱਤੇ ਇਦਾਂ ਦੇ ਹੋਣ ਤੇਰੇ ਸਰੀਰ ਦੀ ਗੱਲ ਨਹੀਂ ਤੇਰੇ ਮਨ ਨਾਲ ਗੱਲ ਕਰੇ ਜਿਹੜਾ ਤੇਰੇ ਮਨ ਨੂੰ ਤੇਰੇ ਮਾਈਂਡ ਨੂੰ ਬਦਲਣ ਵਾਸਤੇ ਲਿਖੇ ਜਿਹੜਾ ਤੈਨ ਜਿਹੜਾ ਤੈਨੂੰ ਸੋਹਣੇ ਵਿਚਾਰ ਦੇਵੇ ਸੋਹਣੇ ਵਿਚਾਰ ਜਿਹੜਾ ਤੈਨੂੰ ਦੇਵੇ ਇਹ ਉਹਨੂੰ ਧੰਨ ਕਹਿਣ ਲੱਗੇ ਨੇ ਗੁਰੂ ਨਾਨਕ ਜੀ ਕੌਣ ਕਹਿੰਦੇ ਨੇ ਜੀ ਗੁਰੂ ਨਾਨਕ ਜੀ ਜੇ ਕੋਈ ਤੁਹਾਡੇ 'ਚ ਮੇਰਾ ਵੀਰ ਨਾ ਮੇਰਾ ਕੋਈ ਵੀਰ ਬੈਠਾ ਹੋਵੇ ਕੋਈ ਭਰਾ ਜਿਹਦਾ ਹੱਥ ਚੱਲਦਾ ਹੈ ਦਿਮਾਗ ਚੱਲਦਾ ਹੈ ਕਹਿੰਦਾ ਮੈਨੂੰ ਸ਼ੌਂਕ ਜਿਹਾ ਹੈ ਜੀ ਲਿਖਣ ਦਾ ਕਦੀ ਕਦੀ ਨਾ ਮੈਂ ਜਦੋਂ ਬੈਠਾ ਹੁੰਦਾ ਫਿਰ ਮੇਰੇ ਅੰਦਰੋਂ ਕੋਈ ਫੁੱਟਦਾ ਹੈ ਇਹ ਹੁਣ ਚੈੱਕ ਕਰ ਲਿਓ ਵੀ ਕੀ ਫੁੱਟਦਾ ਹੈ ਤੂੰ ਹਿਸਾਬ ਨਹੀਂ ਵੀ ਤੇਰੇ ਅੰਦਰੋਂ ਫੁੱਟਦਾ ਕੀ ਹੈ ਹੁਣ ਚੈੱਕ ਕਰੀ ਜਰਾ ਆ ਨੋਟ ਕਰਿਓ ਗੁਰੂ ਨਾਨਕ ਜੀ ਦਾ ਬਚਨ ਆ ਰਿਹਾ ਸੁਣਿਓ ਜਿਹੜਾ ਸੋਹਣਾ ਲਿਖਦਾ ਉਹਦੇ ਬਾਰੇ ਪਹਿਲਾਂ ਸੁਣੋ ਜਿਹੜਾ ਵਿਚਾਰ ਸੋਹਣੇ ਦਿੰਦਾ ਸਮਾਜ ਨੂੰ ਉਹਦੇ ਬਾਰੇ ਸੁਣੋ ਹਾਂਜੀ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਅਰਥ ਕਰਨ ਦੀ ਲੋੜ ਨਹੀਂ ਪਤਾ ਲੱਗ ਗਿਆ ਅੱਗੇ ਸੁਣੋ ਕਲਮ ਜਲੋ ਸਣ ਮਸਵਾਣੀ ਹੈ ਕਾਗਦ ਵੀ ਜਲ ਜਾਓ ਇਹ ਇਹ ਹੁਣ ਤੀਸਰੇ ਪਾਤਸ਼ਾਹ ਜੀ ਦਾ ਬਚਨ ਇਹ ਤੀਸਰੇ ਪਾਤਸ਼ਾਹ ਜੀ ਕਹਿ ਰਹੇ ਨੇ ਹੁਣ ਅਗਲਾ ਸੁਣਿਓ ਜੀ ਜਿਹੜੇ ਕਹਿੰਦੇ ਨੇ ਜੀ ਮੈਂ ਲਿਖਾਰੀ ਹਾਂ ਮੇਰੀ ਵੀਡੀਓ ਆ ਦੁਨੀਆ ਭਰ ਵਿੱਚ ਰਿਕਾਰਡਿੰਗ ਸੁਣੀ ਜਾ ਰਹੀ ਹੈ ਇਹ ਮੇਰੇ ਗੁਰੂ ਨਾਨਕ ਜੀ ਨੇ ਪਹਿਲਾਂ ਧੰਨ ਕਹਿ ਦਿੱਤਾ ਹੈ ਫਿਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਨੇ ਕਲਮਾ ਵਾਲਿਓ ਸੁਣੋ ਲਿਖਣ ਵਾਲਿਆ ਸੁਣ ਗਾਇਕ ਦੇ ਗੀਤ ਵਿੱਚ ਤੇਰਾ ਨਾਂ ਬੋਲਦਾ ਸੁਣ ਗੁਰੂ ਅਮਰਦਾਸ ਜੀ ਦਾ ਜਵਾਬ ਦੇ ਖੜ ਅੱਖਾਂ ਚੱਖਾਂ ਪਾ ਕੇ ਹਿੰਮਤ ਹੈ ਸਾਹਮਣੇ ਸੁਣ ਗੁਰੂ ਅਮਰਦਾਸ ਜੀ ਕੀ ਕਹਿੰਦੇ ਨੇ ਜਿਨ੍ਹੇ ਅੰਗਾਂ ਦੀ ਗੱਲ ਕੀਤੀ ਜਿਨ੍ਹੇ ਵਾਲਾਂ ਦੀ ਗੱਲ ਕੀਤੀ ਜਿਨ੍ਹੇ ਪੈਗ ਦੀ ਗੱਲ ਕੀਤੀ ਜਿਨ੍ਹੇ ਪਟਿਆਲੇ ਪੈਗ ਦੀ ਗੱਲ ਕੀਤੀ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹ ਲਿਖਾਰੀ ਕੰਨ ਖੋਲਣ ਉਹ ਲਿਖਾਰੀ ਕੰਨ ਖੋਲਣ
ਤੇ ਗੁਰੂ ਅਮਰਦਾਸ ਜੀ ਦੇ ਬਚਨ ਸੁਣ ਲੱਤਾਂ ਭਾਰ ਚੱਲਦੀਆਂ ਨੇ ਕਿ ਨਹੀਂ ਦੱਸੋ ਸੁਣਿਓ ਹੁਣ ਗੁਰੂ ਅਮਰਦਾਸ ਜੀ ਕੀ ਕਹਿੰਦੇ ਹਾਂਜੀ ਕਲਮ ਜਲੋ ਸਣ ਮਸਵਾਣੀਏ ਕਾਗਦ ਪੀ ਜਲ ਜਾਓ ਕਲਮ ਜਲੋ ਸਣ ਮਸਵਾਣੀਏ ਤੇਰੀ ਕਲਮ ਸੜ ਜਾਏ ਸਣੇ ਦਵਾਤ ਗੁਰੂ ਅਮਰਦਾਸ ਜੀ ਕਹਿੰਦੇ ਤੇਰੀ ਕਲਮ ਸੜ ਜਾਏ ਸਣੇ ਦਵਾਤ ਸੜ ਜਾਏ ਤੇਰੀ ਦਵਾਤ ਓਏ ਸੜ ਜਾਏ ਤੇਰੀ ਕਲਮ ਬੀਬੀਆਂ ਕਹਿੰਦੇ ਸੜ ਜਾਏ ਐਦਾਂ ਕਈ ਵਾਰੀ ਕਹਿੰਦੀਆਂ ਨਾ ਆਪਣੇ ਬੱਚਿਆਂ ਨੂੰ ਸੜ ਜਾਏ ਉਹ ਕਲਮ ਸਣੇ ਦਵਾਤ ਸੜ ਜਾਏ ਤੇਰੀ ਦਵਾਤ ਸੜ ਜਾਏ ਤੇਰੀ ਸ਼ਾਹੀ ਖਤਮ ਹੋ ਜਾਏ ਤੇਰਾ ਕਾਗਜ਼ ਸੜ ਜਾਏ ਕਾਗਜ਼ ਜਿਹਦੇ ਤੇ ਲਿਖਦਾ ਹੈ ਸੁਣੋ ਅੱਗੇ ਪੂਰਾ ਸੁਣ ਲਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਪੂਰਾ ਫਿਰ ਸੁਣੋ ਪੂਰਾ ਫਿਰ ਸੁਣੋ ਪੜੋ ਕਲਮ ਜਲੋ ਸਣ ਮਸਵਾਣੀਏ ਕਾਗਦ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਕਹਿੰਦੇ ਸੜ ਮਰੇ ਉਹ ਲਿਖਣ ਵਾਲਾ ਸੜ ਜਾ ਉਹ ਲਿਖਣ ਵਾਲਿਆ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਮਾਇਆ ਨਾਲ ਐਵੇਂ ਹੀ ਹੋਰ ਪਾਸੇ ਸੰਸਾਰ ਨੂੰ ਪਾਤਾ ਤੇਰੀ ਦਵਾਤ ਸੜ ਜਾਏ ਸਣੇ ਕਲਮ ਸੜ ਜਾਏ ਤੇਰਾ ਕਾਗਜ਼ ਜਿਹਨੇ ਸਾਡੇ ਨੌਜਵਾਨ ਵਿਗਾੜਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਿਹਦਾ ਬਚਨ ਹੈ ਜੀ ਧੰਨ ਗੁਰੂ ਅਮਰਦਾਸ ਜੀ ਦਾ ਧੰਨ ਗੁਰੂ ਅਮਰਦਾਸ ਲਿਖਣ ਵਾਲਿਆ ਭਲ ਚੱਲ ਚੱਲਦੀਆਂ ਨੇ ਤੇਰੀਆਂ ਲੱਤਾਂ ਭਾਰ ਜਵਾਬ ਦੇਗਾ ਗੁਰੂ ਅਮਰਦਾਸ ਜੀ ਸਾਡੀ ਬਦਕਿਸਮਤੀ ਸਿੱਖਾਂ ਦੀ ਇਹ ਰਹੀ ਹੈ ਅਸੀਂ ਗੁਰੂ ਅਮਰਦਾਸ ਜੀ ਨੂੰ ਕਦੇ ਸੁਣਿਆ ਹੀ ਨਹੀਂ ਜਿਨ੍ਹਾਂ ਨੇ ਗੰਦ ਪਾਤਾ ਇਹਨਾਂ ਦੇ ਘਰ ਭਰਤੇ ਲਿਖਾਰੀ ਵੀ ਕੈਨੇਡਾ ਅਮਰੀਕਾ ਤੁਰੇ ਫਿਰਦੇ ਨੇ ਇਹਨਾਂ ਦਾ ਲਿਖਣ ਗਾਉਣ ਵਾਲੇ ਵੀ ਕੈਨੇਡਾ ਅਮਰੀਕਾ ਤੁਰੇ ਫਿਰਦੇ ਨੇ ਆਹ ਜਿਹੜਾ ਇੰਨਾ ਕੁਝ ਲਿਖਿਆ ਸੋਹਣਾ ਸੀ ਮਾਫ ਕਰਨਾ ਅੱਜ ਉਹ ਬਾਣੀ ਰੂੜੀਆਂ ਤੇ ਰੋਲਤੀ ਆਪਾਂ ਮਾਫ ਕਰਨਾ ਆਪਾਂ ਦੋਸ਼ੀ ਹਾਂ ਉਹ ਗੁਰੂ ਸਾਹਿਬ ਦੇ ਪੱਤਰੇ ਰੂੜੀਆਂ ਤੇ ਰੁਲੇ ਉਹ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ ਰੁਲ ਰਹੇ ਨੇ ਬਲੇਡਾਂ ਨਾਲ ਕੱਟਦੇ ਨੇ ਲੋਕ ਇੰਨੀ ਹਿੰਮਤ ਪੈ ਗਈ ਇਹਨਾਂ ਦੀ ਓਏ ਦੁਨੀਆ ਨੂੰ ਪਤਾ ਲੱਗ ਗਿਆ ਇਹ ਕਲਮਾਂ ਹੋਰਾਂ ਦੇ ਪੁਜਾਰੀ ਹੋ ਗਏ ਇਹ ਆਸ਼ਕ ਹੋ ਗਏ ਭੈੜੀਆਂ ਕਲਮਾਂ ਦੇ ਇਹ ਕਾਲੇ ਲੇਖ ਲਿਖਤੇ ਇਹਨਾਂ ਨੇ ਸਾਡੇ ਕਰਮਾਂ 'ਚ ਲਿਖਤੇ ਸ਼ਰਾਬਾਂ ਤੇ ਗੀਤ ਲਿਖੇ ਨਸ਼ਿਆਂ ਤੇ ਗੀਤ ਲਿਖੇ ਗੰਡਾਸਿਆਂ ਤੇ ਗੀਤ ਲਿਖੇ ਹਾਕੀਆਂ ਤੇ ਗੀਤ ਲਿਖੇ ਬੋਦਿਆਂ ਤੇ ਗੀਤ ਲਿਖੇ ਤੇ ਮੇਰਿਆਂ ਵੀਰਾਂ ਨੂੰ ਪਤਾ ਹੀ ਨਹੀਂ ਲੱਗਾ ਖੁਰਾਕ ਖਾ ਗਏ ਅੰਦਰ ਜ਼ਹਿਰ ਬਣ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਹੁਣ ਜੇ ਲਿਖੀਏ ਸੋਹਣਾ ਜੇ ਮੇਰਿਆਂ ਵੀਰਾ ਬਦਲ ਜਵੇਂ ਮੇਰਿਆ ਲਿਖਾਰੀਆ ਭਰਾਵਾ ਜੇ ਬਦਲ ਜਵੇਂ ਜੇ ਤੇਰਾ ਮਨ ਬਦਲ ਜਵੇ ਜੇ ਯੂ ਟਰਨ ਲੈ ਲਵੇਂ ਜੇ ਚੇਂਜ ਹੋ ਜਵੇਂ ਟੋਟਲੀ ਤੇਰਾ ਮਾਈਂਡ ਚੇਂਜ ਹੋ ਜਵੇ ਤੇ ਫਿਰ ਜੇ ਸੋਹਣਾ ਲਿਖੇਗਾ ਫਿਰ ਗੁਰੂ ਨਾਨਕ ਦੀ ਸ਼ਾਬਾਸ਼ ਸੁਣ ਲੈ ਦੁਬਾਰਾ ਫਿਰ ਪੜੋ ਜਿਹੜਾ ਪਹਿਲਾਂ ਪੜਿਆ ਸੀ ਸਤਿਗੁਰੂ ਜੀ ਕੀ ਕਹਿੰਦੇ ਨੇ ਪਹਿਲਾਂ ਜੋ ਗੁਰੂ ਨਾਨਕ ਜੀ ਦਾ ਬਚਨ ਆਪਾਂ ਪੜ੍ਹਿਆ ਪੜੋ ਤਨ ਸੋ ਕਾਗਦ ਕਲਮ ਤਨ ਤਨ ਪਾਂਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਉਹ ਲਿਖਾਰੀ ਤਨ ਹੈ ਕੋਈ ਗੱਲ ਮੈਂ ਆਪਣੇ ਕੋਲੋਂ ਤੇ ਨਹੀਂ ਕਹੀ ਦੱਸੋ ਮੇਰੇ ਵੀਰ ਦੱਸੋ ਮੈਂ ਕੋਈ ਆਪਣੇ ਕੋਲੋਂ ਗੱਲ ਕਹੀ ਆਪਣੇ ਕੋਲੋਂ ਬੋਲਿਆ ਕੁਛ ਜੋ ਗੁਰੂ ਨਾਨਕ ਜੀ ਨੇ ਦੱਸਿਆ ਮੈਂ ਤੁਹਾਨੂੰ ਉਹ ਦੱਸਤਾ
ਜੋ ਗੁਰੂ ਅਮਰਦਾਸ ਜੀ ਨੇ ਦੱਸਿਆ ਮੈਂ ਤੁਹਾਨੂੰ ਉਹ ਦੱਸਦਾ ਪਰ ਹੁਣ ਗੱਲ ਆ ਗਈ ਸਾਡੇ ਤੁਹਾਡੇ ਤੇ ਮੰਨਣ ਤੇ ਆਪਾਂ ਸਿਆਣੇ ਬਣ ਜਾਈਏ ਇਹਨਾਂ ਦੀਆਂ ਕਲਮਾਂ ਆਪੇ ਟੁੱਟ ਜਾਣਗੀਆਂ ਇਹਨਾਂ ਦੀਆਂ ਦਵਾਤਾਂ ਆਪੇ ਖਿੰਡ ਜਾਣਗੀਆਂ ਇਹਨਾਂ ਦੇ ਸਾਜ ਰੁੱਲ ਜਾਣਗੇ ਤੇ ਜਿੰਨਾ ਚਿਰ ਆਪਾਂ ਗਾਹ ਕਰਾਂਗੇ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਭੱਜਾਂਗੇ ਕੂਕਾਂ ਮਾਰਾਂਗੇ ਚੀਕਾਂ ਮਾਰਾਂਗੇ ਜਿੰਨਾ ਚਿਰ ਆਪਾਂ ਹੱਲਾ ਸ਼ੇਰੀ ਦੇਵਾਂਗੇ ਇਹਨਾਂ ਨੇ ਗੰਦ ਲਿਖਣੋਂ ਨਹੀਂ ਹਟਣਾ ਤੇ ਗੰਦ ਗਾਉਣੋਂ ਨਹੀਂ ਹਟਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਚਿਰ ਤੁਸੀਂ ਸ਼ਾਬਾਸ਼ ਦੇਵੋਗੇ ਵੀਰੋ ਤੁਸੀਂ ਆਖੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੁਲਣ ਨਹੀਂ ਦੇਣਾ ਗਲੀਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਆ ਆ ਧੰਨ ਕਾਗਜ਼ ਆ ਕਾਗਜ਼ ਧੰਨ ਆ ਅੱਖਰ ਧੰਨ ਆ ਕਲਮ ਧੰਨ ਆ ਦੁਆਤ ਧੰਨ ਉਹ ਹੱਥ ਧੰਨ ਜਿਹਨੇ ਲਿਖਿਆ ਅਸੀਂ ਇਹਨਾਂ ਦੇ ਪੁਜਾਰੀ ਹਾਂ ਸਾਡੀ ਪੰਜਾਬ ਦੀ ਧਰਤੀ ਤੇ ਕੋਈ ਕਿਉਂ ਲਿਖ ਜਾਂਦਾ ਅਸੀਂ ਗੁਰੂਆਂ ਦਾ ਲਿਖਿਆ ਪੜ੍ਹਿਆ ਨਹੀਂ ਰਮਾਲਿਆਂ ਨਾਲ ਢੱਕਤਾ ਢੱਕਤਾ ਰਮਾਲੇ ਹੀ ਦੇਈ ਜਾਂਦੇ ਹਾਂ ਰਮਾਲੇ ਹੀ ਦੇਈ ਜਾਂਦੇ ਹਾਂ ਕਦੇ ਰਮਾਲਾ ਚੁੱਕ ਕੇ ਵਹਿੰਦੇ ਹੀ ਨਹੀਂ ਲਿਖਿਆ ਕੀ ਸੀ ਕਦੇ ਰਮਾਲਾ ਚੁੱਕ ਕੇ ਵਹਿੰਦੇ ਨਹੀਂ ਚਲੋ ਤੁਸੀਂ ਵੇਖੋ ਤੁਹਾਡੇ ਰੋਜ਼ ਘਰਾਂ 'ਚ ਵਾਪਰਨ ਵਾਲੀਆਂ ਗੱਲਾਂ ਨੇ ਜੇ ਕਿਸੇ ਕੋਈ ਗੁਰਸਿੱਖ ਬਚਿਆ ਹੈ ਜੇ ਕੋਈ ਗੁਰਸਿੱਖ ਬਚਿਆ ਨਮਸਕਾਰ ਕਰਦਾ ਮੈਂ ਉਹਨੂੰ ਸਾਡੇ ਘਰਾਂ ਵਿੱਚ ਰੋਜ਼ ਹੋਣ ਵਾਲੀਆਂ ਇਹ ਗੱਲਾਂ ਨੇ ਕਿ ਸਵੇਰ ਤੋਂ ਸਵੇਰ ਤਿੰਨ ਦਿਨ ਤੋਂ ਅਖੰਡ ਪਾਠ ਸਾਹਿਬ ਚੱਲਦਾ ਸੀ ਕੋਲ ਕੋਈ ਨਹੀਂ ਗਿਆ ਮਾੜਾ ਜਿਹਾ ਮੱਥਾ ਟੇਕ ਕੇ ਬਾਹਰ ਆ ਜਾਂਦੇ ਨੇ ਫਟਾਫਟ ਗੇੜਾ ਦੇ ਕੇ ਬਾਹਰ ਆ ਜਾਂਦੇ ਨੇ ਪਤਾ ਨਹੀਂ ਕੀ ਮੂੰਹ ਵਿੱਚ ਪੜੀ ਜਾਂਦੇ ਨੇ ਪਰ ਭੋਗ ਪੈ ਗਿਆ ਆ ਜਾਓ ਜੀ ਭੋਗ ਪੈਂਦਾ ਭੋਗ ਆ ਗਿਆ ਭੋਗ ਪੜੋ ਭੋਗ ਪੈ ਰਿਹਾ ਸੱਦ ਸੱਦ ਕੇ ਲਿਆਂਦੇ ਅੱਧਾ ਘੰਟਾ ਬੈਠੇ ਤਿੰਨ ਦਿਨ ਗੁਰੂ ਜੀ ਬੋਲ ਕੇ ਚਲੇ ਗਏ ਨੇੜੇ ਕੋਈ ਨਹੀਂ ਲੱਗਿਆ ਸ਼ਾਮ ਨੂੰ ਡੀਜੇ ਚੱਲਦਾ ਉਹ ਵੇਖੋ ਸਾਰਾ ਟੱਬਰ ਡੀਜੇ ਦੇ ਆਲੇ ਦੁਆਲੇ ਆਖੋ ਸਤਨਾਮ ਹੁਣ ਬੁੜੀਆਂ ਵੀ ਪਹੁੰਚ ਗਈਆਂ ਬੁੜੇ ਵੀ ਪਹੁੰਚ ਗਏ ਬੱਚੇ ਵੀ ਪਹੁੰਚ ਗਏ ਆਂਢੀ ਗੁਆਂਢੀ ਵੀ ਪਹੁੰਚ ਗਏ ਦੱਸੋ ਫਿਰ ਆਪਾਂ ਆਪਾਂ ਕਿੱਧਰ ਹਾਂ ਆਪਾਂ ਕਿਹੜੀਆਂ ਕਲਮਾਂ ਦੀ ਕਦਰ ਕੀਤੀ ਆਪਾਂ ਗੰਦ ਖਰੀਦਿਆ ਆਪਾਂ ਕੀ ਖਰੀਦਿਆ ਆਪਾਂ ਛੱਪੜ ਦਾ ਪਾਣੀ ਕਰ ਲਿਆ ਇਕੱਠਾ ਸਮੁੰਦਰਾਂ 'ਚ ਨਹਾਉਣ ਵਾਲਿਆ ਤੂੰ ਛੱਪੜਾਂ ਟੋਪਿਆਂ ਤੋਂ ਕੀ ਲੈਣਾ ਸੀ ਕਬੀਰ ਸਮੁੰਦਰ ਨਾ ਛੋਟੀ ਹੈ ਜੋ ਅਤ ਖਾਰੋ ਹੋਏ ਬੋਲੋ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਈ ਭਲੋ ਨਾ ਕਹਿ ਹੈ ਕੋਈ ਛੱਪੜਾਂ ਤੇ ਕੀ ਫਿਰਦਾ ਹੈ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਬੋਲੋ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਹੰਸ ਕੌਣ ਨੇ ਆ ਨੇ ਬਗਲਿਆਂ ਨਾਲ ਯਾਰੀ ਨਹੀਂ ਹੰਸਾਂ ਨਾਲ ਯਾਰੀ ਹੈ ਸਾਡੀ ਅਸੀਂ ਜੱਬਲਾਂ ਦੀਆਂ ਜੱਬੜੀਆਂ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਿਆਰੇ ਪਿਆਰੇ ਬਚਨ ਸੁਣਨੇ ਨੇ ਉਹ ਬਚਨ ਜਿਹੜੇ ਮੇਰੇ ਅੰਦਰ ਰੌਣਕ ਲਾ ਦੇਣ ਮੇਰੇ ਘਰ 'ਚ ਰੌਣਕ ਲਾ ਦੇਣ ਜਦੋਂ ਮੈਂ ਪੜ੍ਹ ਕੇ ਗੁਆਂਢ 'ਚ ਸੁਣਾਵਾਂ ਗੁਆਂਢ 'ਚ ਰੌਣਕ ਲੱਗ ਜੇ ਮੇਰੇ ਪਿੰਡ 'ਚ ਰੌਣਕ ਲੱਗ ਜੇ ਜਿਹੜੇ ਬਚਨ ਸੁਣ ਕੇ ਮੈਂ ਸਾਰੀ ਦੁਨੀਆ 'ਚ ਰੌਣਕ ਲਾ ਸਕਾਂ ਮੈਂ ਉਹਨਾਂ ਦਾ ਆਸ਼ਿਕ ਹਾਂ ਮੈਂ ਨਹੀਂ ਗੰਦ ਮੰਦ ਸੁਣਦਾ ਆਹ ਵਿਚਾਰ ਅਸੀਂ ਛੱਪੜਾਂ 'ਚ ਕਿਉਂ ਫਿਰੀਏ ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ ਉਹ ਸਾਡਾ ਗੁਰੂ ਪੂਰਾ ਪੂਰੀ ਸਿਫਤ ਵਾਲਾ ਹੈ ਕਿਉਂ ਦਰ ਦਰ ਤੇ ਫਿਰਨਾ ਤੇਰੀਆਂ ਮੱਤਾਂ ਰੱਬ ਕਿਉਂ ਮਾਰੀਆਂ ਕਿਉਂ ਮੱਤ ਮਾਰੀ ਗਈ ਤੈਨੂੰ ਕਿੰਨੇ ਭੁਲੇਖੇ 'ਚ ਪਾਤਾ ਤੇ ਮੈਂ ਉਸ ਲਿਖਣ ਵਾਲੇ ਨੂੰ ਕਹਿੰਦਾ ਸੀ ਉਹ ਜਿਹੜਾ ਲਿਖਾਰੀ ਮੈਨੂੰ ਕਹਿੰਦਾ ਜੀ ਕੰਮ ਬੜੇ ਚੰਗੇ ਕਰਦੇ ਆ ਬਸ ਚਲੋ ਲਿਖ ਲੁਖ ਦੇਈਦਾ ਆ ਜਾਂਦਾ ਕਹਿੰਦਾ ਕਦੀ ਕਦੀ ਮੱਝਾਂ ਮੁੱਝਾਂ ਚਾਰਦੇ ਆ ਕਹਿੰਦੇ ਔੜਦੀ ਹੈ ਫਿਰ
ਕਹਿੰਦਾ ਜਦੋਂ ਮੱਝਾਂ ਨੂੰ ਕੱਖ ਪੱਠੇ ਪਾਈ ਦੇ ਨਾ ਫਿਰ ਆਉਂਦੀ ਹੈ ਕਹਿੰਦਾ ਵਿਚਾਰ ਆਉਂਦੇ ਨੇ ਮੇਰੇ ਅੰਦਰ ਮੈਂ ਜਦੋਂ ਗੁਰੂ ਅਮਰਦਾਸ ਜੀ ਦਾ ਸ਼ਬਦ ਪੜ੍ਹ ਕੇ ਸੁਣਾਇਆ ਕਹਿੰਦਾ ਜੀ ਮੈਨੂੰ ਤੇ ਮੈਂ ਤੇ ਕਦੀ ਸੁਣਿਆ ਹੀ ਨਹੀਂ ਇਹ ਤੇ ਮੈਂ ਕਦੀ ਸੁਣਿਆ ਹੀ ਨਹੀਂ ਸਾਨੂੰ ਤੇ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਕਹਿੰਦੇ ਕਿਸੇ ਨੇ ਦੱਸਿਆ ਹੀ ਨਹੀਂ ਮੈਨੂੰ ਕਹਿੰਦੇ ਮੈਂ ਕਿਹਾ ਹੁਣ ਫਿਰ ਕਹਿੰਦਾ ਜੀ ਮੇਰਾ 100% ਤੇ ਮੈਂ ਨਹੀਂ ਕਹਿ ਸਕਦਾ ਪਰ 95% ਕਹਿੰਦਾ ਮੈਂ ਹੁਣ ਮੰਨ ਗਿਆ ਇੱਕ ਦੋ ਵਾਰੀ ਹੋਰ ਮਿਲਾਂਗੇ ਗੱਲਬਾਤ ਕਰੋਗੇ ਫਿਰ ਕਹਿੰਦਾ ਮੈਂ ਨਹੀਂ ਕਹਿੰਦਾ ਇਹਨਾਂ ਨੂੰ ਲਿਖ ਕੇ ਦਿੰਦਾ ਕੁਛ ਮੈਂ ਦੋ ਤਿੰਨ ਗਾਉਣ ਵਾਲੇ ਬਦਲਦੇ ਵੀ ਵੇਖੇ ਆ ਜੀ ਮੈਂ ਦੋ ਤਿੰਨ ਗਾਉਣ ਵਾਲੇ ਬਦਲਦੇ ਵੀ ਵੇਖੇ ਚੰਡੀਗੜ੍ਹ ਦੇ ਵਿੱਚ ਇੱਕ ਉਹਨੇ ਸਭ ਛੱਡਤਾ ਦਾੜਾ ਰੱਖ ਲਿਆ ਕੇਸ ਰੱਖ ਲਏ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਅੰਮ੍ਰਿਤ ਛਕ ਲਿਆ ਅੰਮ੍ਰਿਤ ਧਾਰੀ ਬਣ ਗਿਆ ਕਹਿੰਦਾ ਬਾਬਾ ਜੀ ਗੰਧ ਵੇਖਦਾ ਹੈ ਮੈਂ ਸੋਹਣੇ ਸੋਹਣੇ ਗੀਤ ਲਿਖੇ ਵੀ ਗਾਏ ਵੀ ਕਹਿੰਦਾ ਜੀ ਸੁਣਦਾ ਕੋਈ ਨਹੀਂ ਮੈਂ ਕਿਹਾ ਕੋਈ ਨਹੀਂ ਗੁਰੂ ਤੇ ਸੁਣਦਾ ਹੈ ਡਰਨਾ ਝੂਠ ਨਾ ਲਿਖੀ ਉਹ ਕਈ ਵਾਰੀ ਨਾ ਨੋਟ ਕਰਿਓ ਮੇਰੇ ਵੀਰ ਜਿਹਨੇ ਜਿਹੜੇ ਦਰਦ ਰੱਖਦੇ ਹੋ ਦਰਦ ਰੱਖਣ ਵਾਲਿਆਂ ਦੇ ਤੁਹਾਨੂੰ ਕੰਨ ਖੋਲਿਓ ਜਰਾ ਦਰਦ ਰੱਖਦੇ ਨੇ ਜਿਹੜੇ ਸਿੱਖੀ ਦਾ ਮੈਂ ਪਰਸੋਂ ਚੌਥੇ ਦੀਵਾਨ ਸੀ ਅੰਮ੍ਰਿਤਸਰ ਵੱਲ ਇਦੋਂ ਪਹਿਲਾਂ ਸੀ ਅੰਮ੍ਰਿਤਸਰ ਦੀਵਾਨ ਲਾਣ ਅੰਮ੍ਰਿਤਸਰ ਦੇ ਏਰੀਏ 'ਚ ਬਿਆਸ ਦਾ ਏਰੀਆ ਜਲੰਧਰ ਦਾ ਢਿੱਲਵਾਂ ਪਿੰਡ 'ਚ ਦੀਵਾਨ ਚੱਲ ਤੇ ਮੈਂ ਤੁਰਿਆ ਜਾਵਾਂ ਦਿਮਾਗ 'ਚ ਕਿਤੇ ਆ ਹੀ ਜਾਂਦਾ ਫਗਵਾੜੇ ਕੋਲੋਂ ਲੰਘੇ ਲੁਧਿਆਣੇ ਕੋਲੋਂ ਲੰਘੇ ਲੋਕਾਂ ਦਾ ਹਾਲ ਵੇਖਾਂ ਇੱਕ ਡੇਰਾ ਦੋ ਡੇਰੇ ਤਿੰਨ ਡੇਰੇ ਚਾਰ ਡੇਰੇ ਪਖੰਡੀਆਂ ਦੇ ਡੇਰੇ ਡੇਰੇ ਸਮਾਧਾਂ ਹੀ ਸਮਾਧਾਂ ਜਠੇਰੇ ਹੀ ਜਠੇਰੇ ਕਬਰਾਂ ਹੀ ਕਬਰਾਂ ਕਬਰਾਂ ਹੀ ਕਬਰਾਂ ਆਈ ਜਾਂਦੀਆਂ ਨੇ ਪੀਰਖਾਨੇ 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 ਆਈ ਜਾਂਦੇ ਤੇ ਮਨ ਵਿੱਚ ਆਇਆ ਮੈਂ ਕਿਹਾ ਕਾਹਦਾ ਪ੍ਰਚਾਰ ਕਰਦੇ ਤੁਰੇ ਫਿਰਦੇ ਆ ਸਰ ਉਸਰ ਦੇ ਕੋਈ ਨੈਗੇਟਿਵਿਟੀ ਆ ਗਈ ਹੁਣ ਨੈਗੇਟਿਵ ਨੈਗੇਟਿਵਿਟੀ ਤੋਂ ਤੇ ਬਚਣਾ ਆ ਸੀ ਵੀ ਥੱਲੇ ਨੂੰ ਜਾਣਾ ਨਹੀਂ ਤੇ ਗੱਡੀ 'ਚ ਬੈਠੇ ਹੀ ਮਨ 'ਚ ਆਈ ਜਾਵੇ ਇੱਦਾਂ ਨਾਲੇ ਬੈਠਾ ਵੇਖੀ ਜਾਵਾਂ ਨਾਲੇ ਕਰਾਂ ਮਨ 'ਚ ਹੀ ਚੱਲ ਰਿਹਾ ਕਾਹਦਾ ਪ੍ਰਚਾਰ ਕਰਦੇ ਫਿਰਦੇ ਆ ਇਹ ਅਸਰ ਉਸਰ ਜ਼ਿਆਦਾ ਕੋਈ ਹੁੰਦਾ ਦਿਸਦਾ ਨਹੀਂ ਲੋਕੀ ਤੂੰ ਵੀ ਤੁਰੇ ਫਿਰਦੇ ਨੇ ਸਭ ਐਵੇਂ ਗਲਤ ਪਾਸੇ ਹੀ ਕਰੀ ਉਹ ਸ਼ਬਦ ਵੱਲ ਤੇ ਵਹਿੰਦਾ ਹੀ ਕੋਈ ਨਹੀਂ ਵੀ ਗਿਆਨ ਕੀ ਹੈ ਗੁਰੂ ਕੀ ਕਹਿੰਦਾ ਮਹਾਰਾਜ ਕੀ ਕਹਿੰਦੇ ਵੀ ਐਵੇਂ ਹੀ ਤੁਰੇ ਜੇ ਫਿਰਦੇ ਕਾਹਦੀਆਂ ਕਥਾ ਤੇ ਕਾਹਦੀਆਂ ਵਿਚਾਰਾਂ ਤੇ ਕਾਹਦੇ ਕੀਰਤਨ ਤੇ ਕਾਹਦੇ ਦੀਵਾਨ ਐਦਾਂ ਨੈਗੇਟਿਵ ਨੈਗੇਟਿਵ ਖਿਆਲ ਜੇ ਆਈ ਗਏ ਚਲੋ ਰਹਿਰਸ ਦਾ ਟਾਈਮ ਹੋ ਗਿਆ ਮੈਂ ਰਹਿਰਸ ਦਾ ਪਾਠ ਕਰਦਾ ਕਰਦਿਆਂ ਕਰਦਿਆਂ ਚਲੋ ਸਮਾਪਤੀ ਕਰਦੀ ਰਹੇ ਉਹਨੇ ਨੂੰ ਵੇਖੋ ਬਦਲਦਾ ਜਦੋਂ ਮਨ ਬਦਲਦਾ ਇੱਕਦਮ ਪੋਜ਼ਿਟਿਵ ਵਿੱਚ ਕਿੱਦਾਂ ਹੋਇਆ ਇੱਕਦਮ ਆਇਆ ਇਹ ਸਾਰੇ ਡੇਰੇ ਇਹ ਕਬਰਾਂ ਮੜੀਆਂ ਇਹ ਝੂਠ ਨੇ ਕਿ ਸੱਚ ਨੇ ਕੀ ਹੈ ਜੀ ਦੱਸੋ ਜਰਾ ਬੋਲਣਾ ਹੈ ਝੂਠ ਨੇ ਫਿਰ ਮੈਂ ਆਖਿਆ ਓਏ ਮਨਾ ਕਮਲਿਆ ਕੀ ਆਖਿਆ ਮੈਂ ਆਪਣੇ ਆਪ ਨੂੰ ਮਨਾ ਕੀ ਆਖਿਆ ਮਨਾ ਕਮਲਿਆ ਝੂਠ ਤੋਂ ਡਰਦਾ ਝੂਠ ਤੋਂ ਡਰਦਾ ਕਬਰਾਂ ਝੂਠ ਨੇ ਮੜੀਆਂ ਝੂਠ ਨੇ ਇਹ ਸਭ ਝੂਠ ਬਣਿਆ ਹੋਇਆ ਕੋਈ ਸ਼ਕਤੀ ਨਹੀਂ ਇਹਦੇ ਵਿੱਚ ਝੂਠ ਤੋਂ ਡਰਦਾ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸੱਚ ਨੇ ਸੱਚ ਤੋਂ ਤੇ ਝੂਠ ਡਰੇ ਝੂਠ ਕਿਉਂ ਡਰ ਝੂਠ ਤੋਂ ਸੱਚ ਕਿਉਂ ਡਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਝੂਠ ਤੋਂ ਡਰਦਾ ਵੀ ਲੋਕੀ ਗਲਤ ਪਾਸੇ ਝੂਠੇ ਪਾਸੇ ਪੈ ਗਏ ਤੇ ਅਸੀਂ ਕਿਉਂ ਡਰੀਏ ਸੱਚ ਕਿਉਂ ਡਰੇ ਸੱਚ ਦੀ ਗੱਲ ਡੰਗੇ ਦੀ ਚੋਟ ਤੇ ਕਹੀ ਜਾਓ ਸਮਾਂ ਆਏਗਾ ਸਮਾਂ ਆਉਂਦਾ ਹੌਲੀ 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 ਜਿਵੇਂ ਆਪਣੇ ਸਾਡੇ ਅੰਦਰ ਚਾਨਣ ਹੋਏਗਾ ਦੂਜੇ ਦੇ ਅੰਦਰ ਤੀਜੇ ਦੇ ਅੰਦਰ ਚੌਥੇ ਦੇ ਅੰਦਰ ਚਾਨਣ ਹੁੰਦਿਆਂ 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 ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਆਪੇ ਨਿਕਲ ਜਾਏਗਾ ਝੂਠ ਤੋਂ ਡਰਦਾ ਤੇਰਾ ਸਾਰਾ ਪਿੰਡ ਇੱਕ ਪਾਸੇ ਹੈ ਅਸੀਂ ਤੇ ਇਦਾਂ ਹੀ ਕਬਰਾਂ ਤੇ ਜਾਵਾਂਗੇ ਅਸੀਂ ਤੇ ਐਂ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਜੋ ਮਰਜ਼ੀ ਕਹੀ ਜਾਣ ਪਰ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ
ਫਿਰ ਝੂਠ ਤੋਂ ਨਾ ਡਰੀ ਆਖੋ ਸਤਨਾਮ ਵਾਹ ਤੂੰ ਸੱਚ ਤੇ ਕਾਇਮ ਰਹੀ ਲੋਕ ਤੇਰੇ ਤੋਂ ਡਰਨਗੇ ਸਮਾਂ ਆਏਗਾ ਤੇਰੀਆਂ ਅੱਖਾਂ ਚ ਅੱਖਾਂ ਨਹੀਂ ਪਾ ਕੇ ਵੇਖ ਸਕਦਾ ਕੋਈ ਤੇ ਮੈਂ ਸੁਣਿਓ ਹੁਣ ਨੋਟ ਕਰਿਓ ਜਿਹੜੇ ਕਬਰਾਂ ਤੇ ਜਾਣ ਵਾਲੇ ਨੇ ਮੜੀਆਂ ਤੇ ਜਾਣ ਵਾਲੇ ਨੇ ਉਹ ਆ ਪੰਕਤੀ ਮੇਰੇ ਨਾਲ ਬੋਲੋ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮੇਰੇ ਵੀਰ ਸਾਰੇ ਬੋਲਣ ਕਿਉਂਕਿ ਤੁਸੀਂ ਫੇਰ ਨਾ ਕੋਈ ਕਬਰਾਂ ਮੜੀਆਂ ਦੀਆਂ ਗੱਲਾਂ ਅਸੀਂ ਕਰਦੇ ਹਾਂ ਅਸੀਂ ਵਿਰੋਧੀ ਹਾਂ ਕੋਈ ਇਹਨਾਂ ਦੇ ਅਸੀਂ ਕੀ ਲੈਣਾ ਹੈ ਅਸੀਂ ਤੇ ਅੱਜ ਦੋ ਦਿਨ ਇੱਥੇ ਆਏ ਹਾਂ ਮੁੜ ਕੇ ਪਤਾ ਨਹੀਂ ਕਦੋਂ ਕੋਈ ਕਿਸੇ ਇਲਾਕੇ 'ਚ ਆਏ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਬੋਲਿਓ ਸੰਗਤੇ ਮੜੈ ਮਸਾਨ ਨਾ ਜਾਈ ਜਾਣਾ ਨਹੀਂ ਮੜੀਆਂ ਮਸਾਣੀਆਂ ਤੇ ਭੈਣਾਂ ਵੀ ਕਿਹੋ ਜਰਾ ਮੜੈ ਮਸਾਨ ਬੀਬੀਓ ਤੁਸੀਂ ਬੋਲੋ ਸਿੰਘ ਰੁਕੋ ਇਹਨਾਂ ਨੂੰ ਜ਼ਿਆਦਾ ਲੋੜ ਹੈ ਦੱਸਣ ਦੀ ਮੜੈ ਮਸਾਨ ਬੀਬੀਓ ਬੋਲੀਆਂ ਨਹੀਂ ਤੁਸੀਂ ਇਹ ਗੁਰੂ ਨਾਨਕ ਜੀ ਕਹਿੰਦੇ ਆ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਜਾਣਾ ਨਹੀਂ ਮੜੀਆਂ ਤੇ ਮਾੜੀਆਂ ਤੇ ਗੁੱਗਿਆਂ ਤੇ ਕਬਰਾਂ ਤੇ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਤ੍ਰਿਸ਼ਨਾ ਚ ਪੈ ਕੇ ਮੈਂ ਥਾਂ ਥਾਂ ਤੇ ਧੱਕੇ ਖਾਂਦਾ ਤੁਰਿਆ ਫਿਰਦਾ ਸੀ ਗੁਰੂ ਨੇ ਕਿਰਪਾ ਕਰਕੇ ਨਾਮ ਨਾਲ ਜੋੜਤਾ ਹੁਣ ਤ੍ਰਿਸ਼ਨਾ ਮਰ ਗਈ ਹੁਣ ਕਬਰਾਂ ਮੜੀਆਂ ਤੇ ਜਾਣ ਦੀ ਲੋੜ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹ ਹੁਣ ਨਹੀਂ ਲੋੜ ਸਾਨੂੰ ਜਾਣ ਦੀ ਹੁਣ ਪੜੋ ਜਾਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਹੁਣ ਆਪਣੇ ਗੁਰੂ ਨਾਲ ਮੱਥਾ ਕਿਵੇਂ ਲਾਵਾਂਗੇ ਪੰਜ ਪੰਜ ਸੱਤ ਸੱਤ ਇੱਟਾਂ ਰੱਖ ਕੇ ਪੂਜਦੇ ਹਾਂ ਕਿਵੇਂ ਆਪਣੇ ਗੁਰੂ ਨਾਲ ਮੱਥਾ ਲਾਵਾਂਗੇ ਭਾਈ ਜਿਵੇਂ ਆਪਾਂ ਗਾਉਣ ਵਾਲਿਆਂ ਨੂੰ ਕਹਿੰਦੇ ਹਾਂ ਲਿਖਣ ਵਾਲਿਆਂ ਨੂੰ ਕਹਿੰਦੇ ਹਾਂ ਹੁਣ ਇਹ ਗੱਲ ਸਾਡੀ ਚੱਲਦੀ ਹੈ ਜਿਹੜੇ ਕਬਰਾਂ ਮੜੀਆਂ ਤੇ ਜਾ ਜਾ ਤੇ ਥਾਂ ਥਾਂ ਤੇ ਮੱਥੇ ਟੇਕਦੇ ਹਾਂ ਆਪਾਂ ਆਪਣੇ ਗੁਰੂ ਨੂੰ ਮੱਥਾ ਟੇਕਣਾ ਹੈ ਆਪਣੇ ਗੁਰੂ ਜੀ ਦੇ ਨਾਲ ਮੱਥਾ ਲਾਉਣਾ ਨਹੀਂ ਆਪਣੇ ਗੁਰੂ ਜੀ ਨਾਲ ਮੱਥਾ ਨਾ ਲਾਇਓ ਜੋ ਗੁਰੂ ਜੀ ਕਹਿਣ ਆਪਾਂ ਕੀ ਕਹਿਣਾ ਸਤ ਬਚਨ ਜੀ ਸੱਚੇ ਪਾਤਸ਼ਾਹ ਸਤ ਬਚਨ ਜੀ ਜੋ ਤੁਸੀਂ ਕਹਿੰਦੇ ਹੋ ਸੱਤ ਹੀ ਸੱਤ ਹੈ ਜੀ ਬਸ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੁਹਾਡੇ ਤੋਂ ਉਲਟ ਨਹੀਂ ਚੱਲ ਸਕਦੇ ਜੇ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਵੀ ਮੜੀਆਂ ਕਬਰਾਂ ਤੇ ਨਹੀਂ ਜਾਣਾ ਬਸ ਨਹੀਂ ਜਾਣਾ